ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰੀ ਬਰਫ਼ਵਾਰੀ ਅਤੇ ਜਮਾ ਦੇਣ ਵਾਲੇ ਤਾਪਮਾਨ ਕਾਰਨ ਵੀਰਵਾਰ ਨੂੰ 2270 ਤੋਂ ਵੱਧ ਯੂਐਸ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀਐਨਐਨ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਬਰਫ਼ ਮੀ ਬਰਫ਼ ਹਵਾ ਅਤੇ ਠੰਡਾ ਤਾਪਮਾਨ ਪੂਰੇ ਸੰਯੁਕਤ ਰਾਜ ਦੇ ਵਿੱਚ ਹਵਾਈ ਯਾਤਰਾ ਦੀਆਂ ਯੋਜਨਾਵਾਂ ਅਤੇ ਬਸ ਅਤੇ ਐਮਟ੍ਰੈਕ ਯਾਤਰੀ ਰੇਲ ਸੇਵਾ ਵਿੱਚ ਵਿਗੰਨ ਪਾ ਰਹੇ ਨੇ ਫਲਾਈਟ ਟਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਅਨੁਸਾਰ 에ਅਰਲਾਈਨਾਂ ਨੇ ਵੀਰਵਾਰ ਸ਼ਾਮ 6 ਵਜੇ ਤੱਕ ਕੇਵਲ 2270 ਤੋਂ ਵੱਧ ਯੂएस ਉਡਾਣਾਂ ਨੂੰ ਰੱਦ ਕਰ ਦਿੱਤਾ ਅਤੇ ਸ਼ੁੱਕਰਵਾਰ ਦੇ ਲਈ ਲਗਭਗ 1000 ਉਡਾਣਾਂ ਨੂੰ ਸਰਗਰਮੀ ਨਾਲ ਰੱਦ ਕਰ ਦਿੱਤਾ ਗਿਆ। ਸ਼ਨੀਵਾਰ ਦੇ ਲਈ 85 ਉਡਾਣਾਂ ਪਹਿਲੇ ਹੀ ਰੱਦ ਕਰ ਦਿੱਤੀਆਂ ਗਈਆਂ ਸਨ। ਸੀਐਨਐਨ ਦੀ ਰਿਪੋਰਟ ਦੇ ਮਤਲਬਕ ਵੀਰਵਾਰ ਨੂੰ ਵੀ ਸ਼ਾਮ 6 ਵਜੇ ਤੱਕ 7400 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ। ਫਲਾਈਟ ਵੇਅਰ ਡੇਟਾ ਦਰਸਾਉਂਦੇ ਨੇ ਕਿ ਸ਼ਿਕਾਗੋ ਅਤੇ ਡੈਨਵਰ ਦੇ ਵਿੱਚ ਪ੍ਰਭਾਵ ਸਭ ਤੋਂ ਸਖਤ ਮਹਿਸੂਸ ਕੀਤੇ ਜਾ ਰਹੇ ਨੇ ਜਿੱਥੇ ਲਗਭਗ ਹਰੇਕ ਹਵਾਈ ਅੱਡੇ ਤੇ 1/4 ਆਗਮਨ ਅਤੇ ਰਵਾਨਗੀਆਂ ਸੈਂਕੜੇ ਉਡਾਣਾਂ ਵੀਰਵਾਰ ਨੂੰ ਰੱਦ ਕਰ ਦਿੱਤੀਆਂ ਗਈਆਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਇੱਕ ਨੋਟਿਸ ਦੇ ਅਨੁਸਾਰ ਵੀਰਵਾਰ ਨੂੰ ਇੱਕ ਬਿੰਦੂ ਤੇ ਸ਼ਿਕਾਗੋ ਦੇ ਉਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਔਸਤਨ 159 ਮਿੰਟ ਲਗਭਗ 3 ਘੰਟੇ ਬਰਫਬਾਰੀ ਕਾਰਨ ਦੇਰੀ ਹੋ ਰਹੀ ਸੀ ਸ਼ਾਮ 5 ਵਜੇ ਦੇ ਆਸ-ਪਾਸ ਉਹ ਹੇਅਰ ਵਿਖੇ ਤਾਪਮਾਨ 9 ਡਿਗਰੀ ਫਾਰਮ ਹੀਟ ਤੱਕ ਦੇ ਗਿਆ ਰਾਸ਼ਟਰੀ ਮੌਸਮ ਸੇਵਾ ਨੇ ਬਰਫਬਾਰੀ ਅਤੇ ਤੇਜ਼ ਬਾਦ ਦੇਣ ਵਾਲੀ ਧੁੰਦ ਦੀ ਸੂਚਨਾ ਦਿੱਤੀ ਹੈ ਐਫਏਏ ਨੇ ਕਿਹਾ ਕਿ ਡਲਾਸਲਾ ਡਲਾਸ ਫੋਰਟਵਰਥ ਡੈਨਵਰ ਅਤੇ ਮਿਆਨਾਪੋਲਿਸ ਹਵਾਈ ਅੱਡਿਆਂ ਤੇ ਰਵਾਨਾ ਹੋਣ ਵਾਲੇ ਜਹਾਜ਼ਾਂ ਨੂੰ ਸੁਰੱਖਿਅਤ ਯਾਤਰਾ ਦੇ ਲਈ ਡੀ ਆਈ ਸਿੰਘ ਤਲ ਦੇ ਛੜਕਾ ਦੀ ਲੋੜ ਹੁੰਦੀ ਹੈ ਇਸ ਦੌਰਾਨ ਬਹੁਤ ਸਾਰੀਆਂ 에ਅਰਲਾਈਨਸ ਨੇ ਮੌਸਮ ਦੀ ਛੋਟ ਜਾਰੀ ਕੀਤੀ ਹੈ ਜਿਸ ਨਾਲ ਯਾਤਰੀਆਂ ਨੂੰ ਇੱਕ ਛੋਟੇ ਵਿੰਡੋ ਦੇ ਦੌਰਾਨ ਜੁਰਮਾਨੇ ਤੋਂ ਬਿਨਾ ਆਪਣੇ ਯਾਤਰਾ ਪ੍ਰੋਗਰਾਮ ਨੂੰ ਬਦਲਣ ਦੀ ਆਗਿਆ ਦਿੱਤੀ ਗਈ ਹੈ ਉਹਨਾਂ ਨੇ ਜਿਨ੍ਹਾਂ ਦੀਆਂ ਉਡਾਣਾਂ ਅਜੇ ਵੀ ਰਵਾਨਾ ਹੋਣੀਆਂ ਨੇ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਸਿਫਾਰਿਸ਼ ਕਰ ਰਿਹਾ ਹੈ ਯਾਤਰੀ ਆਮ ਨਾਲੋਂ ਪਹਿਲਾਂ ਹਵਾਈ ਅੱਡੇ ਤੇ ਪਹੁੰਚਣ Greyhound ਨੇ ਵੀਰਵਾਰ ਨੂੰ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੇ 2 ਦਿਨਾਂ ਵਿੱਚ ਮੱਧ ਪੱਛਮੀ ਵਿੱਚ ਯਾਤਰਾ ਕਰਨ ਵਾਲਿਆਂ ਦੀਆਂ ਯਾਤਰਾਵਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਪੂਰੀ ਤਰ੍ਹਾਂ ਰੱਦ ਹੋ ਸਕਦੀਆਂ ਨੇ ਇੰਟਰ ਸਿਟੀ ਵਾਸ ਸੇਵਾ ਦੇ ਸਭ ਤੋਂ ਵੱਡੇ ਪ੍ਰਦਾਤਾ ਗ੍ਰੇ ਹਾਉਂਡ ਨੇ ਪੱਛਮੀ ਵਰਜ਼ੀਨੀਆਂ ਤੋਂ ਮਿਨੀ ਸੋਟਾ ਤੱਕ ਇੱਕ ਦਰਜਨ ਤੋਂ ਵੱਧ ਸ਼ਹਿਰਾਂ ਨੂੰ ਸੂਚੀਬੱਧ ਕੀਤਾ ਜੋ ਪ੍ਰਭਾਵਿਤ ਹੋਏ ਲੋਕਾਂ ਵਿੱਚੋਂ ਹਨ ਐਮਟ੍ਰੈਕ ਨੂੰ ਮੱਧ ਪੱਛਮੀ ਅਤੇ ਉੱਤਰ ਪੂਰਬ ਦੀਆਂ ਕੁਝ ਲਾਈਨਾਂ ਦੇ ਲਈ ਯਾਤਰੀ ਸੇਵਾ ਦੇਰੀ ਜਾਂ ਰੱਦ ਕਰਨ ਦੇ ਲਈ ਵੀ ਮਜਬੂਰ ਕੀਤਾ ਗਿਆ ਆਪਣੇ ਨੋਟਿਸ ਵਿੱਚ ਐਮਟ੍ਰੈਕ ਨੇ ਕਿਹਾ ਕਿ ਸੋਧਿਤ ਕੀਤੀਆਂ ਜਾ ਰਹੀਆਂ ਰੇਲ ਗੱਡੀਆਂ ਤੇ ਰਿਜ਼ਰਵੇਸ਼ਨ ਵਾਲੇ ਯਾਤਰੀਆਂ ਨੂੰ ਆਮ ਤੌਰ ਤੇ ਸਮਾਨ ਰਵਾਨਗੀ ਦੇ ਸਮੇਂ ਜਾਂ ਕਿਸੇ ਹੋਰ ਦਿਨ ਵਾਲੀਆਂ ਰੇਲ ਗੱਡੀਆਂ 'ਚ ਸ਼ਾਮਲ ਕੀਤਾ ਜਾਏਗਾ